ਸ਼ਬਦ ਫੁੱਟ ਬਾਬਾ ਨਾਨਕਾ। ਡੇਲੀ ਪੋਸਟ ਪੰਜਾਬੀ ਦੇਖ ਰਹੇ ਤਮਾਮ ਦਰਸ਼ਕਾਂ ਦਾ ਮੈਂ ਸੁਮਨ ਜੇਟਲੀ ਸਵਾਗਤ ਕਰਦੀ ਹਾਂ ਅਤੇ ਸੁਲਤਾਨਪੁਰ ਲੋਧੀ ਦੀ ਇਸ ਪਵਿੱਤਰ ਧਰਤੀ ਦੇ ਦਰਸ਼ਨ ਤੁਹਾਨੂੰ ਤਸਵੀਰਾਂ ਰਾਹੀਂ ਕਰਵਾ ਦਿੰਦੇ ਹਾਂ। ਉਹ ਧਰਤੀ ਜਿੱਥੇ ਦੂਰੋਂ ਦੂਰੋਂ ਲੋਕ 550 ਸਾਲਾਂ ਪ੍ਰਕਾਸ਼ ਪੁਰਬ ਦਾ ਹਿੱਸਾ ਬਣਨ ਦੇ ਲਈ ਇੱਥੇ ਇਕੱਤਰਿਤ ਹੋਏ ਨੇ, ਪਰ ਇੱਥੇ ਕਿਉਂਕਿ ਭੀੜ ਜਿਸ ਤਰ੍ਹਾਂ ਸਮਾਂ ਅੱਗੇ ਵੱਧ ਰਿਹਾ, ਭੀੜ ਵੱਧਦੀ ਜਾ ਰਹੀ ਹੈ। ਇੱਥੇ ਤਸਵੀਰਾਂ 'ਚ ਤੁਸੀਂ ਇੱਕ ਪੀਲੀ ਟੀ ਸ਼ਰਟ ਪਾਏ ਨੌਜਵਾਨਾਂ ਨੂੰ ਦੇਖ ਸਕਦੇ ਹੋ। ਇਹ ਬੇਬੇ ਨਾਨਕੀ ਯੂਨੀਵਰਸਿਟੀ ਕਾਲਜ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ ਮਿੱਥਿਆ ਕਿ 15 ਦਿਨ ਜਿਹੜੇ ਨੇ ਉਹ ਇੱਥੇ ਸੇਵਾ ਕਰਨਗੇ ਟ੍ਰੈਫਿਕ ਨੂੰ ਕੰਟਰੋਲ ਕਰਨ ਦੇ ਲਈ। ਇੱਕ ਸਟੂਡੈਂਟ ਮੇਰੇ ਨਾਲ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰ ਲੈਂਦੇ ਹਾਂ। ਇਹ ਜਿਹੜਾ ਆਈਡੀਆ ਸੀ ਕਿ ਸੇਵਾ ਦਾ ਸੰਕਲਪ ਤੁਸੀਂ ਲਿਆ, 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਬੜਾ ਹੀ ਪਵਿੱਤਰ ਦਿਹਾੜਾ ਹੈ, ਅਤੇ ਤੁਹਾਡੀ ਯੂਨੀਵਰਸਿਟੀ ਦੇ ਸਟੂਡੈਂਟਸ ਨੇ ਮਿਲ ਕੇ ਜਿਹੜਾ ਇਹ ਸੰਕਲਪ ਲਿਆ, ਇਹ ਕਿਸ ਤਰ੍ਹਾਂ ਜ਼ਹਿਨ ਵਿੱਚ ਆਇਆ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ, 550 ਸਾਲਾਂ ਪ੍ਰਕਾਸ਼ ਪੁਰਬ ਮੌਕੇ ਆ ਰਹੀ ਸਮੂਹ ਸੰਗਤਾਂ ਨੂੰ, ਜੀ ਆਇਆਂ ਨੂੰ। ਸੋ ਜੋ ਇਹ ਆਈਡੀਆ ਸੀਗਾ, ਇਹ ਐਡਮਿਨਿਸਟ੍ਰੇਸ਼ਨ ਲੈਵਲ ਦੇ ਵੱਲੋਂ ਕਿ ਮਤਲਬ ਜੋ ਨਫ਼ਰੀ ਇੰਨੀ ਨਹੀਂ ਹੈਗੀ ਪੁਲਿਸ ਦੀ ਕਿ ਸਾਰੀ ਇੱਥੇ ਲਾਈ ਜਾ ਸਕੇ, ਸੋ ਇਹਦੇ ਵਾਸਤੇ ਉਹਨਾਂ ਨੇ ਸਟੂਡੈਂਟਸ ਦੀ ਹੈਲਪ ਲੈਣ ਵਾਸਤੇ ਸਟੂਡੈਂਟਸ ਤੱਕ ਪਹੁੰਚ ਕੀਤੀ ਹੈ ਸਾਰੇ ਕਾਲਜਾਂ ਦੇ ਵਿੱਚ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਦੇ ਵਿੱਚ ਜਾ ਕੇ। ਸੋ ਉੱਥੇ ਉਹਨਾਂ ਨੇ ਮਤਲਬ ਬੱਚਿਆਂ ਨੂੰ ਮਤਲਬ ਗੱਲ ਕੀਤੀ ਕਿ ਤੁਸੀਂ ਸੇਵਾ ਕਰਨੀ ਚਾਹੋਗੇ, ਮਤਲਬ ਤਕਰੀਬਨ ਸਾਰੇ ਬੱਚਿਆਂ ਨੇ ਕਿਹਾ ਕਿ ਅਸੀਂ ਸੇਵਾ ਕਰਨੀ ਚਾਹਾਂਗੇ। ਜੋ ਇਹਦੇ ਵਿੱਚ ਇੱਕ ਟ੍ਰੈਫਿਕ ਦੀ ਸਮੱਸਿਆ ਆਉਂਦੀ ਹੈ, ਤੁਸੀਂ ਆਪ ਦੇਖ ਰਹੇ ਹੋ। ਦੂਜੀ ਗੱਲ ਕਿ ਕਈ ਲੋਕਾਂ ਨੂੰ ਮਤਲਬ ਗੁਰਦੁਆਰਾ ਸਾਹਿਬ ਦੇ ਸਾਰੇ ਸਥਾਨਾਂ ਦਾ ਨਹੀਂ ਪਤਾ ਸੁਲਤਾਨਪੁਰ ਲੋਧੀਆਂ ਦਾ, ਸੋ ਉਹਦੇ ਬਾਰੇ ਪੁੱਛਿਆ ਜਾਂਦਾ ਵਾ। ਕਈ ਵਾਰ ਜਿਹੜੇ ਲੋਕ ਬਿਲਕੁਲ ਨਵੇਂ ਆਏ, ਉਹਨਾਂ ਨੂੰ ਜਿੱਦਣ ਆਏ ਉਹ ਨਹੀਂ ਪਤਾ ਲੱਗ ਰਿਹਾ ਵਾਪਸ ਕਿੱਧਰ ਨੂੰ ਜਾਣਾ। ਸੋ ਇਸ ਕਰਕੇ ਸਾਨੂੰ ਇੱਥੇ ਮਤਲਬ ਸਾਰੀ ਇਨਫੋਰਮੇਸ਼ਨ ਦੇਣ ਦੇ ਵਾਸਤੇ, ਟ੍ਰੈਫਿਕ ਦੀ ਸਮੱਸਿਆ ਨੂੰ ਕੰਟਰੋਲ ਕਰਨ ਦੇ ਵਾਸਤੇ, ਹੋਰ ਕਿਸੇ ਨੂੰ ਡਾਕਟਰੀ ਸਹੂਲਤ ਦੀ ਲੋੜ ਹੋਵੇ, ਕਿਤੇ ਫਾਇਰ ਬ੍ਰਿਗੇਡ ਦੀ ਲੋੜ ਹੋਵੇ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਲੋੜ ਹੋਵੇ, ਉਹ ਸਹਾਇਤਾ ਕਰਨ ਦੇ ਵਾਸਤੇ, ਸੇਵਾ ਕਰਨ ਦੇ ਵਾਸਤੇ ਸਾਡੀ ਡਿਊਟੀ ਲਾਈ ਗਈ ਆ। ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਸੀਨੀਅਰ ਸੈਕੰਡਰੀ ਸਕੂਲ ਅਤੇ ਕਾਲਜਾਂ ਯੂਨੀਵਰਸਿਟੀਆਂ ਦੇ ਵਿੱਚ ਜਾ ਕੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿ ਉਹ ਇਸ ਤਰ੍ਹਾਂ ਦੀ ਸੇਵਾ ਦਾ ਸੰਕਲਪ ਲੈਣ 15 ਦਿਨ, ਕਿਉਂਕਿ ਉਹਨਾਂ ਦੀ ਟ੍ਰੈਫਿਕ ਪੁਲਿਸ ਦੀ ਗਿਣਤੀ ਇੰਨੀ ਵੱਧ ਨਹੀਂ ਹੈ ਜਿੰਨੀ ਚਾਹੀਦੀ ਹੈ, ਤਾਂ ਇਸ ਕਰਕੇ ਕਾਲਜ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਸੇਵਾ ਕਰਨ ਦੇ ਲਈ ਆਖਿਆ ਗਿਆ। ਤਾਂ ਕੀ ਉਹਨਾਂ ਵਿਦਿਆਰਥੀਆਂ ਨੂੰ ਜਿਹੜੇ ਖਾਸ ਤੌਰ 'ਤੇ ਸਕੂਲ ਦੇ ਵਿਦਿਆਰਥੀ ਨੇ, ਉਹਨਾਂ ਨੂੰ ਟ੍ਰੈਫਿਕ ਨਿਯਮਾਂ ਬਾਰੇ ਜਾਣੂ ਕਰਵਾਇਆ ਗਿਆ ਪਹਿਲੇ? ਨਹੀਂ ਜੀ, ਦੇਖੋ ਇਹਦੇ ਵਿੱਚ ਇੱਦਾਂ ਕਿ ਮਤਲਬ ਸਟੂਡੈਂਟ ਦੇ ਜਿੱਦਾਂ ਮਤਲਬ ਉਹਨਾਂ ਦੀ ਉਮਰ ਆ, ਜਿੱਦਾਂ ਮਤਲਬ ਉਹਨਾਂ ਦੀ ਪੜ੍ਹਾਈ, ਉਹ ਸਾਨੂੰ ਡਿਊਟੀ ਦਿੱਤੀ ਗਈਆਂ। ਹੁਣ ਅਸੀਂ ਹੈਗੇ ਹਾਂ ਆਪਣੇ ਪੋਸਟ ਗ੍ਰੈਜੂਏਸ਼ਨ ਦੇ ਸਟੂਡੈਂਟ, ਅਤੇ ਸਾਨੂੰ ਮਤਲਬ ਟ੍ਰੈਫਿਕ ਦੀ ਦਿੱਤਾ ਗਿਆ ਵਾ। ਬਾਕੀ ਜਿਹੜੇ ਥੋੜ੍ਹੇ ਛੋਟੇ ਨੇ, ਮਤਲਬ ਜ਼ਿਆਦਾ ਛੋਟੇ ਨਹੀਂ ਹੈਗੇ, ਸਾਰੇ ਸੀਨੀਅਰ ਸਮਝਦਾਰ ਨੇ ਬੱਚੇ, ਸਾਰੇ ਮਤਲਬ ਮੋਟਰਸਾਈਕਲ ਚਲਾਉਂਦੇ ਜਦੋਂ ਮਤਲਬ ਜਾਂ ਆਉਂਦੇ ਜਾਂਦੇ, ਟ੍ਰੈਫਿਕ ਨੇ ਮਤਲਬ ਥੋੜ੍ਹੇ ਬਹੁਤੇ ਪਤਾ ਹੁੰਦਾ ਹੀ ਆ। ਮਤਲਬ ਬਾਕੀ ਇੱਦਾਂ ਕਿ ਇੰਨਾ ਸਮਾਂ ਪੁਲਿਸ ਦੇ ਕੋਲ ਵੀ ਨਹੀਂ ਮਿਲਿਆ ਕਿ, ਪਰ ਉਹਨਾਂ ਨੇ ਮਤਲਬ ਜਦੋਂ ਗੱਲ ਕੀਤੀ ਜਿਹੜੇ ਮਤਲਬ ਯੋਗ ਸੀਗੇ ਉਹਨਾਂ ਨਾਲ ਜਾ ਗੱਲ ਕੀਤੀ, ਕਿਤੇ ਸਾਰਿਆਂ ਸਾਡੇ ਸਕੂਲ ਦੇ ਵੱਲੋਂ ਮਤਲਬ ਜਿੱਦਾਂ ਯੂਨੀਵਰਸਿਟੀ ਦੇ ਵੱਲੋਂ ਜਿਹੜਾ ਹੈ ਸਾਨੂੰ ਸਹਿਯੋਗ ਦਿੱਤਾ ਜਾ ਰਿਹਾ ਕਿ ਮਤਲਬ ਤੁਸੀਂ ਜਿੰਨੇ ਸੇਵਾ ਕਰਦੇ ਆ ਉਹਨਾਂ ਤੁਹਾਡੀ ਅਟੈਂਡੈਂਸ ਵੀ ਲਾਈ ਜਾਊਗੀ, ਅਤੇ ਬਾਕੀ ਜੋ ਤੁਹਾਡਾ ਪੜ੍ਹਾਈ ਦਾ ਨੁਕਸਾਨ ਹੁੰਦਾ ਵਾ ਉਹਦਾ ਮਤਲਬ ਭਰਪਾਈ ਜਿਹੜੀ ਆ ਉਹ ਮਤਲਬ ਵੱਧ ਟਾਈਮ ਲਵਾ ਕੇ ਜਿਹੜੀ ਕੀਤੀ ਜਾਊਗੀ। ਲੱਗਦਾ ਜਿਹੜਾ ਪੜ੍ਹਾਈ ਦਾ ਨੁਕਸਾਨ ਹੈ ਇਹਨੂੰ ਨੁਕਸਾਨ ਨਹੀਂ ਮੰਨਣਾ ਚਾਹੀਦਾ, ਕਿਉਂਕਿ ਇੰਨਾ ਸੋਹਣੇ ਤਰੀਕੇ ਦੇ ਨਾਲ ਤੁਹਾਡਾ ਸਮਾਂ ਜਿਹੜਾ ਸੇਵਾ ਦੇ ਵਿੱਚ ਲੱਗ ਰਿਹਾ ਤਾਂ ਨਹੀਂ, ਮਤਲਬ ਇਹ ਕੱਲ ਉਹ ਦੁੱਗਣਾ ਫਾਇਦਾ ਹੀ ਮਿਲ ਰਿਹਾ ਵਾ। ਬਾਕੀ ਇੱਦਾਂ ਕਿ ਜੋ ਕੋਈ ਘੱਟ ਪੜ੍ਹਨਗੇ ਬੱਚੇ ਉਹਦਾ ਮਤਲਬ ਇੱਦਾਂ ਕਿ ਵੱਧ ਟਾਈਮ ਲਗਾ ਕੇ ਜਿਹੜੀ ਆ ਉਹਨਾਂ ਦੀ ਪੂਰੀ ਪੜ੍ਹਾਈ ਕਰਾਈ ਜਾਵੇਗੀ, ਸੇਵਾ ਦਾ ਮੌਕਾ ਵੀ ਭਾਗਾ ਵਾਲਿਆਂ ਨੂੰ ਮਿਲਦਾ ਹੈ। ਤਸਵੀਰ ਇੱਕ ਵਾਰ ਫਿਰ ਤੋਂ ਦਿਖਾ ਦਿੰਦੇ ਹਾਂ, ਕੈਮਰਾਮੈਨ ਜਸਪ੍ਰੀਤ ਤੁਹਾਨੂੰ ਦਿਖਾ ਦੇਣਗੇ। ਇਹ ਸਕੂਲ ਕਾਲਜ ਦੇ ਵਿਦਿਆਰਥੀ ਨੇ ਜਿਨ੍ਹਾਂ ਨੇ 15 ਦਿਨ ਸੇਵਾ ਦਾ ਸੰਕਲਪ ਲਿਆ, ਕਿਉਂਕਿ ਗਿਣਤੀ ਇੱਥੇ ਸ਼ਰਧਾਲੂਆਂ ਦੀ ਵੱਧਦੀ ਜਾ ਰਹੀ ਹੈ ਜਿਸ ਤਰ੍ਹਾਂ ਸਮਾਂ ਵੱਧ ਰਿਹਾ ਹੈ। ਜਿਹੜੇ ਸ਼ਰਧਾਲੂ ਇੱਥੇ 550 ਸਾਲਾਂ ਪ੍ਰਕਾਸ਼ ਪੁਰਬ ਦਾ ਹਿੱਸਾ ਬਣਨ ਦੇ ਲਈ ਆਏ ਨੇ, ਉਹਨਾਂ ਨੂੰ ਸਹੀ ਦਿਸ਼ਾ ਦਿਖਾਉਣ ਦੇ ਲਈ, ਉਹਨਾਂ ਨੂੰ ਰਸਤਾ ਦਿਖਾਉਣ ਦੇ ਲਈ ਅਤੇ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸਹਾਇਤਾ ਦੀ ਜ਼ਰੂਰਤ ਹੈ ਤਾਂ ਉਹਨਾਂ ਦੀ ਸਹਾਇਤਾ ਵੀ ਕੀਤੀ ਜਾ ਰਹੀ ਹੈ। ਤਸਵੀਰ ਤੁਸੀਂ ਦੇਖ ਰਹੇ ਹੋ,
ਇਹ ਵੀ ਤਸਵੀਰ ਜਿਹੜੀ ਹੈ ਸ਼ਰਧਾ ਦੀ, ਇਹ ਵੀ ਤਸਵੀਰ ਜਿਹੜੀ ਹੈ ਭਾਵਨਾ, ਸ਼ਰਧਾ ਭਾਵਨਾ ਬਿਆਨ ਕਰ ਰਹੀ ਹੈ। 15 ਦਿਨ ਵਿਦਿਆਰਥੀ ਜਿਹੜੇ ਨੇ ਆਪਣੇ ਸਕੂਲ ਆਪਣੇ ਕਾਲਜ ਤੋਂ ਛੁੱਟੀ ਲੈ ਕੇ ਸੇਵਾ ਦੇ ਲਈ ਇੱਥੇ ਮੌਜੂਦ ਨੇ, ਸੇਵਾ ਕਰਨਗੇ ਸ਼ਰਧਾਲੂਆਂ ਦੇ ਲਈ, ਸ਼ਰਧਾਲੂਆਂ ਨੂੰ ਕੋਈ ਵੀ ਦਿੱਕਤ ਨਾ ਆਏ ਜਾਂ ਫਿਰ ਇੱਥੇ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਵੇ, ਜਾਮ ਨਾ ਲੱਗੇ। ਇਸ ਕਰਕੇ ਇਹ ਬੱਚੇ ਜਿਹੜੇ ਨੇ, ਇਹ ਸਟੂਡੈਂਟਸ ਜਿਹੜੇ ਨੇ ਇੱਥੇ 15 ਦਿਨ ਲਗਾਤਾਰ ਸੇਵਾ ਕਰਨਗੇ। ਸੇਵਾ ਬਹੁਤ ਤਰੀਕੇ ਦੀ ਹੁੰਦੀ ਹੈ, ਸੇਵਾ ਕਿਸੇ ਵੀ ਤਰ੍ਹਾਂ ਕੀਤੀ ਜਾ ਸਕਦੀ ਹੈ ਅਤੇ ਇਹ ਵੀ ਸੇਵਾ ਦਾ ਹੀ ਇੱਕ ਰੂਪ ਹੈ ਜਿਹੜੀ ਇਹਨਾਂ ਵਿਦਿਆਰਥੀਆਂ ਦੇ ਵੱਲੋਂ ਕੀਤੀ ਜਾ ਰਹੀ ਹੈ। ਇਸੇ ਤਰ੍ਹਾਂ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ਤੋਂ ਹੋਰ ਅਪਡੇਟਸ ਲੈ ਕੇ ਜਲਦੀ ਹਾਜ਼ਰ ਹੋਵਾਂਗੇ। ਕੈਮਰਾਮੈਨ ਜਸਪ੍ਰੀਤ ਦੇ ਨਾਲ ਸਹਿਯੋਗੀ ਗਗਨ ਸ਼ੁਕਲਾ ਅਤੇ ਸੁਮਨ ਜੇਟਲੀ ਦੀ ਰਿਪੋਰਟ, ਸੁਲਤਾਨਪੁਰ ਲੋਧੀ।